ਸਾਡੇ ਸਮਾਜ ਵਿੱਚ ਕੁਝ ਲੋਕ ਅਜਿਹੇ ਵੀ ਨੇ ਜੋ ਆਪਣੇ ਹੁਨਰ ਦੇ ਨਾਲ ਮਨੁੱਖਤਾ ਦਾ ਭਲਾ ਕਰਦੇ ਨੇ ਅਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਉਂਦੇ ਨੇ। ਕੁਝ ਇਸ ਤਰ੍ਹਾਂ ਦੇ ਨੇ ਸਰਪੰਚ ਸਵਰਨ ਸਿੰਘ ਵੈਦ। ਜੀ ਹਾਂ, ਸਰਪੰਚ ਸਵਰਨ ਸਿੰਘ ਵੈਦ ਵਾਸੀ ਪਿੰਡ ਹੁਸੈਨਪੁਰ ਦੁੱਲੋਵਾਲ ਅੱਡਾ ਮੰਗੂਪੁਰ ਜ਼ਿਲ੍ਹਾ ਕਪੂਰਥਲਾ ਤੋਂ ਆਯੁਰਵੈਦਿਕ ਦਵਾਈਆਂ ਦੇ ਕੇ ਮਾਨਵਤਾ ਦੇ ਭਲੇ ਵਾਸਤੇ ਤਕਰੀਬਨ ਪਿਛਲੇ 20 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ। ਜੋ ਲੋਕ ਅੰਗਰੇਜ਼ੀ ਦਵਾਈਆਂ ਖਾ ਕੇ ਆਕ ਚੁੱਕੇ ਨੇ ਉਹ ਇਹਨਾਂ ਦੀਆਂ ਬਣੀਆਂ ਦੇਸੀਆਂ ਦਵਾਈਆਂ ਖਾ ਕੇ ਰੋਗਾਂ ਤੋਂ ਮੁਕਤ ਹੋ ਰਹੇ ਨੇ। ਵੈਦ ਸਵਰਨ ਸਿੰਘ ਤੋਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਮਰੀਜ਼ ਦਵਾਈਆਂ ਲੈ ਕੇ ਰੋਗ ਮੁਕਤ ਹੋ ਰਹੇ ਨੇ। ਪੇਸ਼ ਹੈ ਇੱਕ ਰਿਪੋਰਟ। ਮੈਂ ਸਰਪੰਚ ਸਵਰਨ ਸਿੰਘ ਵੈਦ, ਪਿੰਡ ਹੁਸੈਨਪੁਰ ਦੁੱਲੋਵਾਲ ਅੱਡਾ ਮੰਗੂਪੁਰ ਗਰਿਆਂ ਵਾਲਾ ਹਾਂ। ਸਾਡਾ ਪਿੰਡ ਸੁਲਤਾਨਪੁਰ ਲੋਧੀ ਤੋਂ ਵਾਇਆ ਫਤਿਹ ਢਿੰਗਾਇਰ ਰੋਡ 'ਤੇ 12 ਕਿਲੋਮੀਟਰ 'ਤੇ ਹੈ ਅਤੇ ਕਪੂਰਥਲਾ ਤੋਂ 25 ਕਿਲੋਮੀਟਰ 'ਤੇ ਹੈ ਮੰਗੂਪੁਰ ਅੱਡਾ। ਉੱਥੇ ਪਿੰਡ ਦੇ ਵਿੱਚ ਚੜ੍ਹਦੇ ਬੰਨੇ ਮੇਰੀ ਸ਼ੌਪ ਹੈ, ਘਰ ਦੇ ਵਿੱਚ ਹੀ ਅਸੀਂ ਦੇਸੀ ਜੜੀ ਬੂਟੀਆਂ ਨਾਲ ਸੰਗਤ ਦਾ ਇਲਾਜ ਕਰਦੇ ਹਾਂ। ਅਸੀਂ ਸੰਗਤ ਨੂੰ ਇਹ ਸਲਾਹ ਦਿੰਦੇ ਹਾਂ ਵੀ ਤੁਸੀਂ ਆਪਣੇ ਘਰ ਦਾ ਵੈਦ ਆਪ ਬਣੋ। ਇਹਦੇ ਵਿੱਚ ਤੁਸੀਂ ਆਪਣੇ ਖਾਣ ਪੀਣ ਦਾ ਪਰਹੇਜ਼ ਰੱਖੋ, ਜਿੰਨਾ ਵੀ ਤੁਹਾਡੇ ਕੋਲ ਹੋ ਸਕਦਾ। ਜੇ ਤੁਸੀਂ ਖਾਣ ਪੀਣ ਦਾ ਪਰਹੇਜ਼ ਰੱਖੋਗੇ ਤਾਂ ਤੁਸੀਂ ਆਪਣੇ ਆਪ ਹੀ ਠੀਕ ਰਹੋਗੇ। ਹਾਂਜੀ, ਜਿਹਦੇ ਵਿੱਚ ਫਾਸਟ ਫੂਡ, ਅੱਜ ਕੱਲ੍ਹ ਬੱਚੇ ਜਿਹੜੇ ਆ ਜੰਕ ਫੂਡ, ਫਾਸਟ ਫੂਡ, ਕੁਰਕਰੇ, ਤਲੀਆਂ ਚੀਜ਼ਾਂ ਖਾ ਰਹੇ ਆ, ਫਰੀ ਦਾ ਪਾਣੀ ਪੀ ਰਹੇ ਆ, ਫਰੀ ਦੀਆਂ ਰੱਖੀਆਂ ਚੀਜ਼ਾਂ ਪਾਸੀਆਂ ਖਾ ਰਹੇ ਆ, ਉਹਨਾਂ ਤੋਂ ਪਰਹੇਜ਼ ਕਰੋ ਅਤੇ ਗਰਮ ਪਾਣੀ ਪੀਓ ਹਰ ਟਾਈਮ 'ਤੇ, ਅਤੇ ਤੁਹਾਡੇ ਅੱਧੇ ਰੋਗ ਜਿਹੜੇ ਆ ਉਹ ਆਪਣੇ ਆਪ ਹੀ ਦੂਰ ਹੋ ਜਾਣਗੇ। ਖਾਣ ਪੀਣ ਦੇ ਪਰਹੇਜ਼ ਦੇ ਨਾਲ ਹੀ ਜ਼ਰੂਰੀ ਹੈ ਅਤੇ ਅਸੀਂ ਨਾ ਮਾਤਰ ਥੋੜ੍ਹੀ ਦਵਾਈ ਦਿੰਦੇ ਹਾਂ ਤਾਂ ਮਰੀਜ਼ ਜਿਹੜੇ ਠੀਕ ਹੋ ਜਾਂਦੇ ਆ। ਜਿਹੜੇ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਬਹੁਤ ਥੱਕੇ ਹੋਏ ਆ, ਉਹਨਾਂ ਨੂੰ ਹੋਰ ਰੋਗ ਵੱਧ ਗਿਆ ਆ, ਅਸੀਂ ਥੋੜ੍ਹੇ ਜਿਹੇ ਇਲਾਜ ਦੇ ਨਾਲ ਹੀ ਪਰਹੇਜ਼ ਕਰਾ ਕੇ ਉਹਨਾਂ ਦਾ ਇਲਾਜ ਕਰ ਦਿੰਦੇ ਹਾਂ। ਸਾਡੇ ਕੋਲ ਦੇਸੀ ਜੜੀ ਬੂਟੀਆਂ ਨਾਲ ਇਲਾਜ ਹੁੰਦਾ ਜੀ। ਅਸੀਂ ਦਵਾਈਆਂ ਘਰ ਦੇ ਵਿੱਚ ਜੜੀ ਬੂਟੀਆਂ ਕੁੱਟ ਕੇ ਤਿਆਰ ਕਰਦੇ ਹਾਂ। ਇਹਦੇ ਵਿੱਚ ਦੇਸੀ ਦਵਾਈ ਦੇ ਵਿੱਚ ਇੰਨਾ ਵਧੀਆ ਇਲਾਜ ਆ, ਇਹਨਾਂ ਦੇ ਵਿੱਚ ਇੰਨੀ ਪਾਵਰ ਆ ਵੀ ਰੋਗ ਨੂੰ ਜੜੋਂ ਕੱਢਣ ਦੀ ਪਾਵਰ ਹੈ ਜੀ। ਦੇਸੀ ਜੜੀ ਬੂਟੀਆਂ ਦੇ ਵਿੱਚ ਗੁੜੀਆਂ ਵੱਟਦੇ ਹਾਂ ਅਤੇ ਅਸੀਂ ਚੂਰਨ ਦੇ ਰੂਪ ਦੇ ਵਿੱਚ ਮਰੀਜ਼ ਦਿੰਦੇ ਹਾਂ। ਜਿੱਦਾਂ ਹੁਣ ਇੱਕ ਐਲਰਜੀ ਆਪਣੇ ਪੰਜਾਬ ਦੇ ਵਿੱਚ ਕਿ ਇੰਡੀਆ ਦੇ ਵਿੱਚ ਬਹੁਤ ਭਿਆਨਕ ਰੂਪ ਇਹਨੇ ਧਾਰ ਲਿਆ, ਐਲਰਜੀ ਨੇ ਕਾਲੇ ਪੀਲੀਏ ਨੇ ਰੂਪ ਧਾਰ ਲਿਆ। ਹਾਂਜੀ, ਇਹਦੀ ਵੀ ਅਸੀਂ ਦਵਾਈ ਦਿੰਦੇ ਹਾਂ। ਜਿਹੜਾ ਮਰੀਜ਼ ਜਿਹੜਾ 5-7 ਮਹੀਨੇ ਵਿੱਚ ਬਿਲਕੁਲ ਹੀ ਸਦਾ ਵਾਸਤੇ ਹੀ ਐਲਰਜੀ ਤੋਂ ਮੁਕਤ ਹੋ ਜਾਂਦਾ। ਸਾਡੀ ਦਵਾਈ ਜਿਹੜਾ ਖਾ ਜੋ ਮਹੀਨੇ ਬਾਅਦ ਹੀ ਉਹਨੂੰ ਕੋਈ ਵੀ ਚੀਜ਼ ਉਹ ਖਾ ਸਕਦਾ, ਜਿਹ ਤੋਂ ਐਲਰਜੀ ਉਹ ਚੀਜ਼ ਖਾ ਸਕਦਾ। 6 ਮਹੀਨੇ ਦਾ, 8 ਮਹੀਨੇ ਦਾ, 10 ਮਹੀਨੇ ਦਾ ਕੋਰਸ ਆ, ਕਿਸੇ ਨੂੰ 4 ਮਹੀਨਿਆਂ 'ਚ ਬਿਲਕੁਲ, ਜਿਹਨੂੰ ਥੋੜ੍ਹੇ ਚਿਰ ਦੀ ਆ ਉਹ 4 ਮਹੀਨਿਆਂ ਦੇ ਵਿੱਚ ਵੀ ਠੀਕ ਹੋ ਜਾਂਦਾ। ਇੱਕ ਦਿਮਾਗੋ ਰੇਸ਼ਾ ਕਹਿੰਦੇ ਬੜਾ ਡਿੱਗਦਾ ਜੀ, ਅੱਜ ਕੱਲ੍ਹ ਇਹ ਬੜਿਆ ਚੱਲਿਆ, ਛਿੱਕਾਂ ਆਉਂਦੀਆਂ, ਦਿਮਾਗੋ ਰੇਸ਼ਾ ਡਿੱਗਦਾ, ਬੋਲ ਵਿਗੜ ਜਾਂਦਾ, ਨਿਗਾਹ ਘੱਟ ਜਾਂਦੀ ਆ, ਦਿਮਾਗ ਯਾਦਾਸ਼ਤ ਘੱਟ ਜਾਂਦੀ ਆ। ਬੜੀ ਨਾਰਮਲ ਜਿਹੀ ਦਵਾਈ ਦੇਣੀ ਹੈ ਜੀ, ਉਹਦੇ ਨਾਲ ਹੀ ਬੰਦਾ ਸਦਾ ਵਾਸਤੇ ਹੀ ਇਹ ਰੇਸ਼ੇ ਤੋਂ ਮੁਕਤ ਹੋ ਜਾਂਦਾ, ਉਹਨੂੰ ਮੁੜ ਕੇ ਭਿਆਨਕ ਬਿਮਾਰੀ ਜਿਹੜੀ ਆ ਉਹ ਨਹੀਂ ਲੱਗਣੀ। ਆਪਣੇ ਪੰਜਾਬ ਦੇ ਵਿੱਚ ਕਿ ਮਾਲਵਾ ਜਿਹੜੀ ਬੈਲਟ ਆ, ਮਾਝਾ ਮਾਲਵੇ ਬੈਲਟ ਜ਼ਿਆਦਾ ਫੈਲ ਰਿਹਾ ਜੀ, ਰਾਜਸਥਾਨ ਨਾਲ ਜ਼ਿਆਦਾ ਫੈਲ ਰਿਹਾ। ਇਹ ਜੀ, ਇਹਦੇ ਵਾਸਤੇ ਜੇ ਅਸੀਂ ਦਵਾਈ ਤੱਕ ਮੈਡੀਸਨ ਤਿਆਰ ਕੀਤੀ ਹੈ ਜੀ, ਆਯੁਰਵੈਦਿਕ ਦਵਾਈ ਜੜੀ ਬੂਟੀਆਂ ਤਿਆਰ ਕੀਤੀ ਹੈ ਜੀ, ਉਹ 3 ਮਹੀਨੇ ਦੇ ਲੈਣ ਦੇ ਨਾਲ ਹੀ ਇਹ 6 ਤਰ੍ਹਾਂ ਦਾ ਹੋਵੇ, 4 ਤਰ੍ਹਾਂ ਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਕਾਲਾ ਪੀਲੀਆ, ਇਹ ਜੀ ਹਮੇਸ਼ਾ ਵਾਸਤੇ ਠੀਕ ਹੋ ਜਾਂਦਾ। ਲੀਵਰ 'ਤੇ ਡਿਫੈਕਟ ਪੈ ਕੇ ਕਾਲਾ ਪੀਲੀਆ ਆ ਰਿਹਾ ਅਤੇ ਉਹ ਸਾਡੀ ਦਵਾਈ ਲੈਣ ਨਾਲ ਬਿਲਕੁਲ ਠੀਕ ਹੋ ਜਾਂਦੇ ਆ। ਆਹ ਟਾਈਫਾਇਡ ਬੜਾ ਵਿਗੜਿਆ ਜੀ ਅੱਜ ਕੱਲ੍ਹ, ਟਾਈਫਾਇਡ ਸਾਡੀ 1.5 ਮਹੀਨੇ ਦਾ ਕੋਰਸ ਆ, ਉਹ ਵੀ ਮੁੜ ਕੇ ਬੁਖਾਰ ਛੇਤੀ ਕਿਤੇ ਚੜ੍ਹਦਾ ਨਹੀਂ, 3-4 ਸਾਲ ਮੁੜ ਕੇ ਬੁਖਾਰ ਲੱਗ ਕੇ ਨਹੀਂ ਆਉਂਦਾ। ਹੋਰ ਜੇ ਬੀਬੀਆਂ ਨੂੰ ਅੱਜ ਕੱਲ੍ਹ ਆ ਰਹੀ ਹੈ ਇੱਕ ਜੂਟਸ ਰਸੌਲੀਆਂ ਆ ਰਹੀਆਂ, ਉਹ ਬੀਬੀਆਂ ਨੂੰ ਖਾਣ ਪੀਣ ਦੇ ਵਿਗਾੜ ਦੇ ਨਾਲ ਹੀ ਆ ਰਹੀਆਂ। ਬੀਬੀਆਂ ਅੱਜ ਕੱਲ੍ਹ ਖਾਣ ਪੀਣ ਵਿਗੜੇ ਆ, ਉਹ ਜੰਕ ਫੂਡ, ਫਾਸਟ ਫੂਡ, ਤਲੀਆਂ ਚੀਜ਼ਾਂ ਖਾ ਰਹੀਆਂ, ਉਹਦੇ ਨਾਲ ਸਿਹਤ ਵਿੱਚ ਬੜਾ ਵਿਗਾੜ ਆ ਰਿਹਾ ਅਤੇ ਉਹਦੇ ਨਾਲ ਬੀਬੀਆਂ ਦੇ ਕਈ ਨੁਕਸ ਪੈ ਰਹੇ ਆ, ਉਹ ਵੀ ਅਸੀਂ ਦਵਾਈ ਦਿੰਦੇ ਹਾਂ ਜਿਹੜੇ ਸਦਾ ਵਾਸਤੇ ਬੀਬੀਆਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ। ਜਿੱਦਾਂ ਬੀਬੀਆਂ ਨੂੰ ਕੋਈ ਪਾਣੀ ਦੀ ਸ਼ਿਕਾਇਤ ਆ, ਜਿਹੜਾ ਉਹਨਾਂ ਦੇ ਬਾਝਪਨ ਦਾ ਰੋਗ ਦੂਰ ਹੋ ਜਾਂਦਾ ਅਤੇ ਗੁਰੂ ਮਹਾਰਾਜ ਕਿਰਪਾ ਕਰ ਦਿੰਦਾ ਤਾਂ ਉਹਨਾਂ ਦੇ ਬੱਚਾ ਹੁੰਦਾ। ਹਾਂਜੀ, ਇਹ ਜੜੀ ਬੂਟੀਆਂ ਜਿਹੜੀ ਕੁਦਰਤ ਦੀ ਦੇਣਾ ਜੀ, ਇਹ ਜੜੀ ਬੂਟੀਆਂ ਦਾ ਇਲਾਜ ਜਿਹੜਾ ਕਿ ਜੜੋਂ ਰੋਗ ਨੂੰ ਖਤਮ ਕਰਦਾ ਜੀ। ਆਹ ਜਿਹੜੇ ਹੁਣ ਸੈੱਲ ਘੱਟ ਗਏ ਆ,
ਉਹ ਬੜਾ ਔਖਾ ਹੋ ਗਿਆ ਜੀ ਕੰਮ, ਜਿਹੜੇ ਸੈੱਲ ਜੇ ਘੱਟ ਗਏ ਆ, ਮਰੀਜ਼ ਜਿਹੜਾ ਹਸਪਤਾਲ ਗੇੜੇ ਕੱਢੀ ਜਾਂਦਾ। ਅਸੀਂ ਇਹੋ ਜਿਹੀ ਮੈਡੀਸਨ ਤਿਆਰ ਕੀਤੀ ਹੈ, ਇੱਕ ਦੇਸੀ ਦਵਾਈ ਤਿਆਰ ਕਰਦੇ ਹਾਂ ਆਯੁਰਵੈਦਿਕ, ਜਿਹੜਾ 2-3 ਦਿਨ ਦੇ ਵਿੱਚ ਹੀ ਉਹ ਸੈੱਲ ਪੂਰੇ ਕਰ ਦਿੰਦੀ ਆ। ਇੱਕ ਹੁਣ ਅੱਜ ਕੱਲ੍ਹ ਗਦੂਦਾਂ ਦੀ ਬੜੀਆਂ ਆ ਰਹੀਆਂ, ਹਰਮੀਆਂ ਆ ਰਹੀਆਂ ਜੀ, ਅਤੇ ਇਹ ਬੜਾ ਡਾਕਟਰਾਂ ਦੇ ਓਪਰੇਸ਼ਨ ਤੋਂ ਬਿਨਾਂ ਦਾ ਹੱਲ ਹੀ ਹੈ ਨਹੀਂ ਗਾ, ਗਦੂਦਾਂ ਦਾ ਹੱਲ ਹੈ ਨਹੀਂ ਗਾ, ਹਰਮੀਆਂ ਦਾ ਹੱਲ ਹੈ ਨਹੀਂ ਗਾ। ਅਸੀਂ ਉਹ ਦਵਾਈ ਦੇ ਰਹੇ ਹਾਂ ਜਿਹੜੀ ਉਹ ਗਦੂਦਾਂ ਨੂੰ ਵੀ ਖਤਮ ਕਰਨ ਲਈ ਆ, ਹਰਨੀਆਂ ਨੂੰ ਖਤਮ ਕਰਨ ਲਈ ਆ, ਇੱਕੋ ਦਵਾਈ। ਉਹ 1.5-2 ਮਹੀਨੇ ਦਾ ਕੋਰਸ ਆ ਸਾਰਾ, ਅਤੇ ਹਰਨੀਆਂ ਸਦਾ ਵਾਸਤੇ, ਗਦੂਦਾਂ ਸਦਾ ਵਾਸਤੇ ਠੀਕ ਹੋ ਜਾਂਦੀਆਂ। ਜਿਹੜੀਆਂ ਹਰਨੀਆਂ ਇਹ ਹੁੰਦੀਆਂ ਕਦਾਂ, ਇਹ ਜੀ ਬੱਚੇ ਦੇ ਜਨਮ ਤੋਂ ਹੀ ਜਦੋਂ ਦਾਈ ਦੇ ਕੋਲੋਂ ਜਾਂ ਡਾਕਟਰ ਦੇ ਕੋਲੋਂ ਉਹਦਾ ਨਾੜੂ ਢਿੱਲਾ ਰਹਿ ਜਾਂਦਾ, ਉਹਦੇ ਨਾਲ ਹਵਾ ਚੱਲ ਜਾਂਦੀ ਹੈ ਨਾੜ ਦੇ ਵਿੱਚ, ਅਤੇ ਉਹਦੇ ਨਾਲ ਇਹ ਹਰਨੀਆਂ ਹੁੰਦੀਆਂ। ਸਾਡੀ ਦਵਾਈ ਦੇ ਨਾਲ ਉਹ ਜਿਹੜੀ ਸਦਾ ਵਾਸਤੇ ਹੀ ਉਹ ਜਿਹੜੀ ਗੈਸ ਅੰਦਰ ਨਾੜਾ 'ਚ ਭਰਦੀ ਉਹ ਠੀਕ ਹੋ ਜਾਂਦੀ ਹੈ, ਅਤੇ ਹਰਨੀਆਂ ਰੋਗ ਠੀਕ ਹੋ ਜਾਂਦਾ। ਜਿਹੜੀਆਂ ਗਦੂਦਾਂ ਦਾ ਰੋਗ ਹੈ ਜੀ, ਇਹ ਬੜਾ ਜੀ, ਆਪਣੇ ਮਰੀਜ਼ ਆਉਂਦੇ ਆ ਵੀ ਸਾਡਾ ਬਾਥਰੂਮ ਬੰਦ ਹੋਇਆ ਜੀ, ਬੜੀ ਦਿੱਕਤ ਆ ਜੀ, ਪਹਿਲੀ ਪੁੜੀ ਦੇ ਨਾਲ ਹੀ ਬਾਥਰੂਮ ਖੁੱਲ੍ਹ ਕੇ ਆਉਣ ਲੱਗ ਪੈਂਦਾ ਜੀ। ਕੁਛ ਚਿਰ ਵਾਸਤੇ ਦਵਾਈ ਲਵੋ ਅਤੇ ਬਿਲਕੁਲ ਠੀਕ ਹੋ ਜਾਂਦਾ ਬੰਦਾ। ਇੱਕ ਜੀ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਬਾਥਰੂਮ ਬਾਰ ਬਾਰ ਆਉਣਾ, ਬਿਸਤਰੇ 'ਤੇ ਬਾਥਰੂਮ ਆ ਜਾਣਾ, ਬੜੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਅਤੇ ਇਸ ਆਯੁਰਵੈਦਿਕ ਦਵਾਈ ਦਾ ਲਾਭ ਲੈ ਰਹੀਆਂ ਜੀ। ਇਹਦੇ ਵਿੱਚ ਦੇਖੋ ਜੀ, ਸਾਡਾ ਵੱਡਿਆਂ ਦੀ ਦੇਣ ਆ ਜੀ, ਸਾਡਾ ਜੱਦੀ ਪੁਸ਼ਤੀ ਕੰਮ ਚੱਲਦਾ ਜੀ। ਚਲੋ ਮੈਂ ਤਾਂ ਹੁਣ 20 ਸਾਲ ਤੋਂ ਹੀ ਚਾਲੂ ਕੀਤਾ ਜੀ। ਹਾਰਟ ਦੇ ਨਾੜਾ ਬਲੋਕ ਵਾਲੇ ਆ ਰਹੇ ਆ, ਕੋਈ ਕਹਿੰਦਾ ਮੇਰਾ ਦਿਲ ਕਮਜ਼ੋਰ ਆ ਜੀ, ਘਬਰਾਹਟ ਹੋ ਰਹੀ ਆ ਜੀ, ਉਹ ਵੀ ਦਵਾਈ ਦਿੰਦੇ ਜੀ ਅਸੀਂ। ਅਸੀਂ ਜੀ ਸਾਰਾ ਹੀ ਸਿਰ ਤੋਂ ਪੈਰਾਂ ਤੱਕ ਸਾਰਾ ਇਲਾਜ ਕਰੀਦਾ ਜੀ। ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜੀ, ਉਹਦੀ ਬਖਸ਼ਿਸ਼ ਨਾਲ ਸਾਰਾ ਕੁਛ ਹੁੰਦਾ ਜੀ। ਸ਼ੂਗਰ ਦਾ ਬੜਾ ਨਾਮਰਾ ਰੋਗ ਚੱਲ ਪਿਆ ਜੀ, ਇਹ ਸ਼ੂਗਰ ਦੀ ਦਵਾਈ ਜਿਹੜੀ ਹੈ ਜੀ, ਇਹ ਵੀ ਖਾਣ ਪੀਣ ਦੇ ਨਾਲ ਹੀ ਸ਼ੂਗਰ ਦਾ ਰੋਗ ਚੱਲਦਾ ਜੀ। ਉਹਦੀ ਅਸੀਂ ਮੈਡੀਸਨ ਦਿੰਦੇ ਜੀ, ਕੋਈ 3 ਕੁ ਮਹੀਨੇ ਕੈਪਸੂਲ ਖਾਣੇ ਆ, ਨਿਰਣੇ ਪਿੰਡ 2 ਕੈਪਸੂਲ ਖਾਣੇ ਜੀ। ਉਹ 10 ਕੁ ਦਿਨ ਬਾਅਦ ਜਾਂ 15 ਦਿਨ ਬਾਅਦ ਬੰਦੇ ਦੀ ਇੱਕ ਗੋਲੀ ਖਾਂਦਾ ਤਾਂ ਅੱਧੀ ਹੋ ਜਾਂਦੀ ਆ, ਹੌਲੀ ਹੌਲੀ 20 ਕੁ ਦਿਨ ਬਾਅਦ ਫਿਰ ਉਹ ਗੋਲੀ ਜਿਹੜੀ ਬਿਲਕੁਲ ਛੁੱਟ ਜਾਂਦੀ ਆ, ਅਤੇ ਉਹ ਮਰੀਜ਼ ਠੀਕ ਹੋ ਜਾਂਦਾ ਜੀ। ਇਹ ਹੁਣ ਜੂਟ 'ਚ ਸਰਸੌਲੀਆਂ ਦਾ ਜੀ, ਉਹ ਵੀ ਅਸੀਂ ਦਵਾਈ ਦਿੰਦੇ ਜੀ। ਹਜ਼ਾਰਾਂ ਬੀਬੀਆਂ ਠੀਕ ਕੀਤੀਆਂ ਹੋਈਆਂ ਜਿਨ੍ਹਾਂ ਨੇ ਮਾਸ ਵਾਲੀ ਰਸੌਲੀ ਆ, ਪਾਣੀ ਵਾਲੀ ਰਸੌਲੀ ਆ, ਉਹ ਬਿਲਕੁਲ ਠੀਕ ਆ ਜੀ, ਠੀਕ ਕੀਤੀਆਂ ਜੀ ਗਰੰਟੀ ਨਾਲ। ਪੱਥਰੀ ਦਾ ਰੋਗ ਬੜਾ ਚੱਲਿਆ ਜੀ, ਗੁਰਦੇ ਵਾਲੀ ਪੱਥਰੀ ਦਾ। ਕੋਈ ਮਰੀਜ਼ ਆਉਂਦਾ ਜੀ, ਮੇਰੇ 10 ਪੱਥਰੀਆਂ ਜੀ, ਕੋਈ ਕਹਿੰਦਾ 5 ਪੱਥਰੀਆਂ ਜੀ, ਕੋਈ 20 mm ਦੀ ਜੀ, ਕੋਈ 30 ਦੀ ਹੈ ਜੀ, ਕੋਈ 40 mm ਦੀ ਹੈ ਜੀ। ਅਸੀਂ ਦਵਾਈ ਦੇ ਨਾਲ ਹੀ ਉਹਨੂੰ ਠੀਕ ਕਰਦੇ ਜੀ, ਖੁਰ ਕੇ ਰੇਤਾ ਬਣ ਕੇ ਨਿਕਲ ਜਾਂਦੀ ਹੈ ਜੀ। ਜਿਹੜੇ ਬੀਬੀਆਂ ਨੂੰ ਮੂੰਹ 'ਤੇ ਛਾਈਆਂ ਪੈ ਜਾਂਦੀਆਂ, ਬੀਬੀਆਂ ਦੇ ਹੋਰ ਨੁਕਸ ਬੜੇ ਪੈ ਜਾਂਦੇ ਆ, ਉਹਦੇ ਵਾਸਤੇ ਸਾਡੀ ਇੱਕ ਮੈਡੀਸਨ ਦੇਸੀ ਦਵਾਈ ਤਿਆਰ ਕੀਤੀ ਹੋਈ ਹੈ। ਕਈਆਂ ਰੋਗਾਂ ਤੋਂ ਮੁਕਤ ਹੋ ਜਾਂਦੀਆਂ ਦਵਾਈ ਸਾਡੀ, ਥੋੜ੍ਹਾ ਜਿਹਾ 2-4 ਮਹੀਨੇ ਖਾ ਕੇ ਕਈਆਂ ਰੋਗਾਂ ਤੋਂ ਮੁਕਤ ਹੋ ਜਾਂਦੀਆਂ। ਇੱਕ ਜੀ ਅੱਜ ਕੱਲ੍ਹ ਹਰ ਇੱਕ ਨੂੰ ਕਬਜ਼ ਦੀ ਸ਼ਿਕਾਇਤ ਹੋ ਰਹੀ ਆ, ਉਹ ਵੀ ਖਾਣ ਪੀਣ ਨਾਲ, ਪਾਣੀ ਘੱਟ ਪੀਣ ਨਾਲ। ਇਹ ਬੜਾ ਰੋਗ ਫੈਲਿਆ, ਇਹਦੇ ਨਾਲ ਗੈਸ ਬਣਦੀ ਆ, ਬੰਦੇ ਨੂੰ ਘਬਰਾਹਟ ਆਉਂਦੀ ਆ। ਸਾਡੇ ਕੋਲ ਆਯੁਰਵੈਦਿਕ ਦੇਸੀ ਜੜੀ ਬੂਟੀਆਂ ਦੀ ਦਵਾਈ ਤਿਆਰ ਕੀਤੀ ਆ, ਜਿਹੜੀ ਪਹਿਲੀ ਖੁਰਾਕ ਨਾਲ ਹੀ ਕਬਜ਼ ਠੀਕ ਹੋ ਜਾਂਦੀ ਹੈ, ਫਿਰ ਬੰਦੇ ਨੂੰ 1-1.5 ਮਹੀਨਾ ਦਵਾਈ ਖਾਣੀ ਪੈਂਦੀ ਆ, ਅਤੇ ਉਹ ਸਦਾ ਵਾਸਤੇ ਇਸ ਕਬਜ਼ ਤੋਂ ਰੋਗ ਤੋਂ ਮੁਕਤੀ ਹੋ ਜਾਂਦੀ ਉਹਦੀ। ਇੱਕ ਜੀ ਅੱਜ ਕੱਲ੍ਹ ਥਾਇਰਾਇਡ ਦਾ ਬੱਚਿਆਂ 'ਚ ਬੜਾ ਰੋਗ ਆ ਰਿਹਾ, ਬੀਬੀਆਂ 'ਚ ਜ਼ਿਆਦਾ ਆ ਰਿਹਾ, ਉਹ ਖੂਨ ਦਾ ਪਾਣੀ ਬਣ ਜਾਂਦਾ ਜਿਹੜਾ ਥਾਇਰਾਇਡ ਰੋਗ ਆ, ਅਤੇ ਬੀਬੀਆਂ ਦੇ ਇਲਾਜ ਹੋਣ ਦੇ ਚਾਂਸ ਘੱਟ ਜਾਂਦੇ ਆ ਜਦੋਂ ਥਾਇਰਾਇਡ ਜਿਹਨੂੰ ਰੋਗ ਹੋ ਜਾਂਦਾ। ਇਹ ਡਾਕਟਰ ਸਦਾ ਵਾਸਤੇ ਗੋਲੀ ਲਾ ਦਿੰਦੇ ਆ ਵੀ ਤੁਸੀਂ ਨਿਰਣੇ ਪੇੜੇ ਗੋਲੀ ਸਦਾ ਵਾਸਤੇ ਜ਼ਿੰਦਗੀ ਭਰ ਤੈਨੂੰ ਖਾਣੀ ਪਊ। ਜਿਹਦੇ ਵਿੱਚ ਅਸੀਂ ਇੱਕ ਇਹੋ ਜਿਹੀ ਆਯੁਰਵੈਦਿਕ ਦਵਾਈ ਜੜੀ ਬੂਟੀਆਂ ਤਿਆਰ ਕੀਤੀ ਹੋਈ ਆ, ਅਸੀਂ 3 ਮਹੀਨੇ ਦਾ ਕੋਰਸ ਕਰਾਉਂਦੇ ਹਾਂ, ਅਤੇ ਇਹ ਰੋਗ ਤੋਂ ਬੰਦਾ ਸਦਾ ਵਾਸਤੇ ਮੁਕਤ ਹੋ ਜਾਂਦਾ, ਉਹਨੂੰ ਫਿਰ ਗੋਲੀ ਖਾਣ ਦੀ ਲੋੜ ਨਹੀਂ ਪੈਂਦੀ। ਗੋਲੀ ਅਸੀਂ 10-15 ਦਿਨ ਬਾਅਦ ਛਿੜਾ ਦਈਦੀ ਆ ਅੰਗਰੇਜ਼ੀ, ਸਦਾ ਵਾਸਤੇ। ਸਾਨੂੰ 15-15 ਸਾਲ ਹੋ ਗਏ ਆ ਜਿਨ੍ਹਾਂ ਨੇ ਥਾਇਰਾਇਡ ਦੀ ਦਵਾਈ ਸਾਡੇ ਖਾਧੀ ਆ, ਉਹ ਬਿਲਕੁਲ ਠੀਕ ਆ, ਉਹਨਾਂ ਨੂੰ ਕੋਈ ਜ਼ਿੰਦਗੀ 'ਚ ਮੁਸ਼ਕਲ ਨਹੀਂ ਆਈ। ਇੱਕ ਜੀ ਬਵਾਸੀਰ ਦਾ ਰੋਗ ਜਿਹੜਾ ਬੜਾ ਵੱਧ ਗਿਆ, ਇਹ ਕਬਜ਼ੇ ਦੇ ਨਾਲ ਇਹਦਾ ਰਿਲੇਸ਼ਨ ਆ। ਸਾਡੀ ਕਿਸੇ ਨੂੰ ਖੂਨ ਬਹੁਤ ਪੈਂਦਾ, ਸਾਡੀ ਇੱਕੋ ਕੁੜੀ ਦੇ ਨਾਲ ਹੀ ਖੂਨ ਪੈਣਾ ਹਟ ਜਾਂਦਾ। ਹਾਂਜੀ, ਇੱਕ ਜੀ ਬੀ ਪੀ ਲੋਅ ਦੀ ਬੜੀ ਸ਼ਿਕਾਇਤ ਆ ਰਹੀ ਜੀ ਅੱਜ ਕੱਲ੍ਹ ਬੱਚਿਆਂ ਦੇ ਵਿੱਚ, ਇਹ ਖਾਣ ਪੀਣ ਵਿਗੜ ਗਿਆ, ਉਹਦੇ ਨਾਲ ਬੱਚਿਆਂ 'ਚ ਬੀ ਪੀ ਲੋਅ ਬੜਾ ਰਹਿੰਦਾ, ਉਹਨੂੰ ਘਬਰਾਹਟ ਹੁੰਦੀ ਆ, ਉਹਦਾ ਸਿਰ ਦਰਦ ਹੁੰਦਾ,
ਉਹਨੂੰ ਕੋਈ ਲਾਗੇ ਬੋਲਦਾ ਚੰਗਾ ਨਹੀਂ ਲੱਗਦਾ। ਉਹ ਅਸੀਂ ਜੀ ਕੋਈ ਮਹੀਨਾ ਕੁ ਦਵਾਈ ਖਵਾਉਂਦੇ ਹਾਂ, ਇੱਕ ਜੜੀ ਬੂਟੀਆਂ ਦਾ ਚੂਰਨ ਬਣਾ ਕੇ ਉਹ ਇੱਕ ਮਹੀਨਾ ਕੁ ਖਵਾਉਣਾ ਅਤੇ ਬੰਦਾ ਸਦਾ ਵਾਸਤੇ ਉਹਦਾ ਬੀ ਪੀ ਜਿਹੜਾ ਲੋਅ ਹੁੰਦਾ ਉਹ ਬਿਲਕੁਲ ਠੀਕ ਹੋ ਜਾਂਦਾ। ਇੱਕ ਜੀ ਗੈਂਠੀਆ ਦਾ ਰੋਗ ਬੜਾ ਅੱਜ ਕੱਲ੍ਹ ਚੱਲਿਆ ਵਾ, ਜਿਹੜੇ ਬੱਚੇ ਬੀਬੀਆਂ ਦੀਆਂ ਉਂਗਲਾਂ ਵਿਗੀਆਂ ਹੋ ਜਾਣੀਆਂ, ਜੋੜ ਮੋਟੇ ਹੋ ਜਾਣੇ, ਉਂਗਲਾਂ ਮੁੜ ਜਾਣੀਆਂ, ਪੈਰਾਂ ਦੀਆਂ ਉਂਗਲਾਂ ਮੁੜ ਜਾਣੀਆਂ, ਉਹਦੇ ਵਾਸਤੇ ਕਿਸੇ ਨੂੰ 12 ਸਾਲ ਦਾ, ਕਿਸੇ ਨੂੰ 10 ਸਾਲ ਦਾ, ਕਿਸੇ ਨੂੰ 6 ਸਾਲ ਦਾ, ਉਹ ਇੰਗਲਿਸ਼ ਮੈਡੀਸਨ 'ਚ ਉਹਦਾ ਕੋਈ ਹੱਲ ਹੈ ਨਹੀਂ, ਉਹ ਆਪਣੇ ਦਰਦਿਆਂ ਗੋਲੀਆਂ ਹੀ ਚੱਲਦੀਆਂ। ਅਸੀਂ ਉਹਦੇ ਵਿੱਚ ਕੋਈ ਕਿਸੇ ਦਾ 6 ਮਹੀਨੇ, ਕਿਸੇ ਦਾ 4 ਮਹੀਨੇ, ਕਿਸੇ 3 ਮਹੀਨੇ ਦਵਾਈ ਦਿੰਦੇ ਹਾਂ, ਉਹਦੇ ਨਾਲ ਉਹ ਸਦਾ ਵਾਸਤੇ ਰੋਗੀ ਜਿਹੜਾ ਉਹ ਠੀਕ ਹੋ ਜਾਂਦਾ। ਇੱਕ ਜੀ ਅੱਜ ਕੱਲ੍ਹ ਟੌਂਸਲ ਬੱਚਿਆਂ ਦੇ ਵਿੱਚ ਜਿਹੜੀਆਂ ਇਹ ਬੱਚੇ ਕੁਰਕੁਰੇ ਖਾਂਦੇ ਆ, ਫਾਸਟ ਫੂਡ ਖਾਂਦੇ, ਇਹਨਾਂ ਦੇ ਟੌਂਸਲ ਬੜੇ ਵੱਧਦੇ ਬੱਚੇ, ਉਹਨੂੰ ਠੀਕ ਕਰਨ ਵਾਸਤੇ ਜੀ ਸਾਡੇ ਕੋਲ ਜੜੀ ਬੂਟੀਆਂ, ਉਹ ਅਸੀਂ ਕਿਸੇ ਨੂੰ ਮਹੀਨਾ, ਕਿਸੇ ਨੂੰ 2 ਮਹੀਨੇ ਦਿੰਦੇ ਹਾਂ, ਤਾਂ ਉਹ ਟੌਂਸਲ ਜਿਹੜੇ ਉਹ ਸਦਾ ਵਾਸਤੇ ਠੀਕ ਹੋ ਜਾਂਦੇ। ਗੋਡਿਆਂ ਦੀ ਸ਼ਿਕਾਇਤ ਬਹੁਤ ਆ ਰਹੀ ਹੈ, ਡਾਕਟਰ ਕਹਿੰਦੇ ਗੋਡਿਆਂ ਗਰੀਸ ਘੱਟ ਗਿਆ, ਤੁਹਾਨੂੰ ਗੋਡੇ ਪਾਉਣੇ ਪੈਣੇ ਆ। ਸਾਡੇ ਕੋਲ ਆਯੁਰਵੈਦਿਕ ਦਵਾਈਆਂ ਅਸੀਂ ਤਿਆਰ ਕੀਤੀਆਂ, ਜਿਹੜੀਆਂ ਖਾਣ ਦੇ ਨਾਲ ਗੋਡਿਆਂ 'ਚ ਗਰੀਸ ਭਰ ਜਾਂਦਾ, ਗੋਡੇ ਜਿਹੜੇ ਵਿੰਗੇ ਆ ਉਹ ਅਸੀਂ ਤੇਲ ਦਿੰਦੇ ਇੱਕ ਬਣਾ ਕੇ, ਉਹ ਜਿਹੜਾ ਤੇਲ ਆ ਉਹ ਗੋਡੇ ਵਿੰਗਿਆਂ ਨੂੰ ਸਹੀ ਕਰ ਦਿੰਦਾ। ਸਾਡੀ ਦਵਾਈ ਖਾਣ ਦੇ ਨਾਲ ਬੰਦਾ ਜਿਹੜਾ ਵਾ ਉਹ ਗੋਡਿਆਂ 'ਚ ਉਹਦੇ ਗਰੀਸ ਭਰ ਜਾਂਦੀ ਆ ਅਤੇ ਉਹਦੇ ਦਰਦਾਂ ਵੀ ਹਟ ਜਾਂਦੀਆਂ, ਮਹੀਨੇ ਕੁ ਬਾਅਦ ਬੰਦੇ ਨੂੰ ਰਾਹਤ ਮਿਲ ਜਾਂਦੀ ਆ। ਇੱਕ ਸਰਵਾਈਕਲ ਦਾ ਜੀ ਅਸੀਂ ਕਰਦੇ ਹਾਂ, ਸਰਵਾਈਕਲ ਅਸੀਂ 5 ਮਿੰਟ 'ਚ, 2 ਮਿੰਟ 'ਚ ਸਰਵਾਈਕਲ ਠੀਕ ਕਰ ਦਈਦਾ। ਮਰੀਜ਼ ਕਹਿੰਦਾ ਵੀ ਮੈਂ ਬਿਲਕੁਲ ਹੀ ਠੀਕ ਹੋ ਗਿਆ, ਮੈਨੂੰ ਹੁਣ ਜਿੱਦਾਂ ਇੱਦਾਂ ਹੋ ਗਿਆ ਵੀ ਜਿੱਦਾਂ ਮੈਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ। ਲੱਕ ਦਾ ਵੀ ਕਰ ਦਈ ਜੀ ਅਸੀਂ, ਅਸੀਂ ਜਿਹੜੀਆਂ ਹਾਰਟ ਦੀਆਂ ਨਾੜਾਂ ਬਲੌਕ ਆ ਜੀ, ਕਿਤੇ ਵੀ ਸਰੀਰ 'ਚ ਨਾੜ ਨਸ ਤੁਹਾਡੇ ਬਲੌਕ ਆ ਜੀ, ਉਹਦਾ ਵੀ ਇਲਾਜ ਕਰਦੇ ਹਾਂ। ਜਿੱਦਾਂ ਕਿਸੇ ਨੂੰ ਕਹਿੰਦੇ ਰੀਹ ਹੋ ਗਈ ਆ, ਲੱਕ 'ਚ ਮਣਕੇ ਨੇ ਨਾੜ ਦੱਬੀ ਆ, ਉਹ ਮਣਕਾ ਠੀਕ ਕਰ ਦਈਦਾ ਜੀ, ਤਾਂ ਨਸ ਜਿਹੜੀ ਆ ਉਹ ਦਵਾਈ ਦੇਣ ਦੇ ਨਾਲ ਖੁੱਲ੍ਹ ਜਾਂਦੀ ਆ। ਸਾਡੀ ਇਹ ਦਵਾਈ ਸਾਡੇ ਗੋਲੀਆਂ ਤਿਆਰ ਕੀਤੀਆਂ ਜੀ, ਉਹ ਖਾਣ ਦੇ ਨਾਲ ਹੀ ਨਸਾਂ ਖੁੱਲ੍ਹ ਜਾਂਦੀਆਂ। ਮਰੀਜ਼ ਇੱਥੇ ਹੀ ਸਾਨੂੰ ਜਦੋਂ ਠੀਕ ਕਰਦੇ ਹਾਂ 10-15 ਮਿੰਟ ਲਾਉਂਦੇ ਹਾਂ, ਮਰੀਜ਼ ਇੱਥੇ ਕਹਿੰਦਾ ਵੀ ਮੈਨੂੰ 20%, ਕੋਈ ਕਹਿੰਦਾ ਮੈਨੂੰ 50%, ਕੋਈ ਕਹਿੰਦਾ ਮੈਨੂੰ 80%, ਇੱਥੇ ਆਰਾਮ ਆ ਗਿਆ। ਬਾਕੀ ਜਿਹੜੀ ਕਸਰ ਰਹਿੰਦੀ ਹੈ ਉਹ ਸਾਡੀ ਦਵਾਈ ਨਸਾਂ ਖੋਲ੍ਹ ਦਿੰਦੀ ਆ। ਕੋਈ 10 ਦਿਨਾਂ 'ਚ, ਕੋਈ ਮਹੀਨੇ 'ਚ ਮਰੀਜ਼ ਬਿਲਕੁਲ ਠੀਕ ਹੋ ਜਾਂਦਾ, ਜਿਹਨੂੰ ਪੈਰਾਲਾਈਸ ਆ, ਜਿਹੜਾ ਕਹਿੰਦਾ ਮੈਨੂੰ ਰੀਹ ਹੋ ਗਈ ਆ, ਮੇਰੇ ਨਾੜਾਂ ਬਲੌਕ ਹੋ ਗਈਆਂ, ਉਹ ਬਿਲਕੁਲ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ। ਇੱਕ ਜੀ ਜਿੱਦਾਂ ਜਿਸ ਤਰ੍ਹਾਂ ਆ ਰਿਹਾ ਆਪਣੇ ਇਹ 3-4 ਰੋਗ ਜਿਹੜੇ ਜੀ ਇਹ ਬਹੁਤ ਜ਼ਿਆਦਾ ਆ ਰਿਹਾ, ਗੋਡਿਆਂ ਦਾ, ਸਰਵਾਈਕਲ ਦਾ, ਲੱਕ ਦਾ, ਰੀਹ ਦਾ, ਇਹ ਸਾਡੇ ਕੋਲ ਬਹੁਤ ਜ਼ਿਆਦਾ ਵਧੀਆ ਹਰ ਇੱਕ ਚੀਜ਼ ਦਾ ਅਸੀਂ ਇਲਾਜ ਕਰਦੇ ਹਾਂ ਜੀ, ਬਹੁਤ ਵਧੀਆ ਵਧੀਆ ਇਲਾਜ ਕਰਦੇ ਹਾਂ ਜੀ। ਇਹ ਆਯੁਰਵੈਦਿਕ ਦੇ ਵਿੱਚ ਇੱਕ ਇਲਾਜ ਸਸਤਾ, ਇੱਕ ਵਧੀਆ, ਇੱਕ ਸਦਾ ਵਾਸਤੇ ਬੰਦਾ ਰੋਗਾਂ ਤੋਂ ਮੁਕਤ ਹੋ ਜਾਂਦਾ। ਇੰਨੀ ਆਯੁਰਵੈਦਿਕ ਜਿਹੜੀ ਦਵਾਈ ਹੈ ਜੀ ਪਾਵਰ ਰੱਖਦੀ ਹੈ।